ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਢਾਂਚੇ ਦੇ ਨਾਲ ਨਾਲ ਜੇਲ੍ਹ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਤੇ ਵੀ ਸਵਾਲ ਉੱਠਣੇ ਆਮ ਗੱਲ ਹੋ ਗਈ ਹੈ। ਦੂਜੇ ਪਾਸੇ ਜੇ ਗੱਲ ਕਰੀਏ ਫਰੀਦਕੋਟ ਮਾਡਰਨ ਜੇਲ੍ਹ ਦੀ ਤਾਂ ਇਸ ਤੇ ਵੀ ਆਏ ਦਿਨ ਸਵਾਲ ਉੱਠਦੇ ਰਹਿੰਦੇ ਨੇ। ਇਸ ਵਾਰ ਇਸ ਜੇਲ੍ਹ 'ਚ ਰਹਿ ਕੇ ਆਏ ਕਿਰਤੀ ਕਿਸਾਨ ਯੂਨੀਅਨ ਦੇ ਉਪ ਪ੍ਰਧਾਨ ਰਜਿੰਦਰ ਸਿੰਘ ਨੇ ਜ਼ਮਾਨਤ ਦੇ ਬਾਹਰ ਆਉਣ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਸਰਕਾਰ ਦਾ ਕਮਾਊ ਪੁੱਤ ਬਣ ਕੇ ਨਸ਼ੇ ਦਾ ਕਾਰੋਬਾਰ ਜੇਲ੍ਹਾਂ 'ਚ ਨਿਰਵਿਘਨ ਚਲਾ ਰਿਹਾ ਹੈ। ਉਹਨਾਂ ਹੋਰ ਵੀ ਦੋਸ਼ ਲਾਉਂਦੇ ਹੋਏ ਕਿਹਾ ਕਿ ਇੱਥੇ ਗੈਂਗਸਟਰਾਂ ਨੂੰ ਸ਼ਹਿ ਦੇਣ ਦੇ ਨਾਲ ਨਾਲ ਮੋਬਾਈਲ ਦੀ ਵਰਤੋਂ ਵੀ ਆਮ ਗੱਲ ਹੈ। ਤੋ ਅੱਜ ਅਸੀਂ ਜਿਸ ਮਾਮਲੇ ਨੂੰ ਲੈ ਕੇ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਜਿਹੜੀ ਫਰੀਦਕੋਟ ਦੀ ਕੇਂਦਰੀ ਜੇਲ੍ਹ ਆ ਉਹ ਕੇਂਦਰੀ ਜੇਲ੍ਹ ਕਾਲੇ ਕਾਰਨਾਮਿਆਂ ਦਾ ਕੇਂਦਰ ਆ, ਜਿੱਥੇ ਨਸ਼ਾ ਵਿਕਰੀ ਤੋਂ ਲੈ ਕੇ ਹੋਰ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਕਾਰੋਬਾਰ ਜਿਹੜੇ ਹੈਗੇ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਉਹ ਚਲਾ ਰਿਹਾ, ਧੰਦਾ ਕਮਾ ਰਿਹਾ, ਧੰਦੇ ਵਾਸਤੇ ਮੋਟਾ ਪੈਸਾ ਇਕੱਠਾ ਕਰ ਰਿਹਾ, ਔਰ ਇਹ ਸਾਰਾ ਕੁਝ ਜੇਲ੍ਹ ਪ੍ਰਸ਼ਾਸਨ ਦੇ ਜਿਹੜੇ ਚੋਟੀ ਦੇ ਅਧਿਕਾਰੀ ਆ, ਜੇਲ੍ਹ ਸੁਪਰਡੈਂਟ ਨੇ, ਡਿਪਟੀ ਸੁਪਰਡੈਂਟ ਆ, ਉਹਨਾਂ ਦੀ ਰਹਿਨਮਾਈ ਹੇਠ ਚੱਲ ਰਿਹਾ, ਔਰ ਉਹਦੇ ਕਰਕੇ ਹੀ ਜਿਹੜਾ ਜੇਲ੍ਹ ਦੇ ਵਿੱਚ ਮੇਰੇ 'ਤੇ ਹਮਲਾ ਹੋਇਆ, ਔਰ ਉਹਦੀ ਜਾਂਚ ਦੇ ਜਿਹੜੇ ਹੁਕਮ ਸੀਗੇ ਉਹ ਜੇਲ੍ਹ ਮੰਤਰੀ ਹੋਰਾਂ ਨੇ, ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਦਿੱਤੇ, ਪਰ ਉਹ ਜੇਲ੍ਹ ਜਿਹੜੀ ਜਾਂਚ ਸੀ ਉਹ ਕਿਉਂ ਨਹੀਂ ਹੋਈ? DIG ਜੇਲ੍ਹਾਂ ਮੁਕਤਸਰ ਜੇਲ੍ਹ 'ਚ ਮੇਰੇ ਬਿਆਨ ਵੀ ਲੈ ਕੇ ਆਏ ਆ, ਪਰ ਇਸ ਗੱਲ ਨੂੰ ਮਹੀਨਾ ਬੀਤ ਗਿਆ, ਉਸ ਤੋਂ ਬਾਅਦ ਉਹ ਨਾ ਤਾਂ ਇਨਕੁਆਇਰੀ ਰਿਪੋਰਟ ਆਈ ਆ, ਨਾ ਹੀ ਜੇਲ੍ਹ ਪ੍ਰਸ਼ਾਸਨ ਜਿਨ੍ਹਾਂ ਦੀ ਅਣਗਹਿਲੀ ਦੇ ਨਾਲ ਸਾਰਾ ਕੁਝ ਵਾਪਰਿਆ, ਕਿਉਂਕਿ 12 ਤੋਂ 3 ਦੇ ਦੌਰਾਨ ਦੁਪਹਿਰ ਦੀ ਬੰਦੀ ਹੁੰਦੀ ਆ, 2:45 ਮੇਰੇ 'ਤੇ ਹਮਲਾ ਹੁੰਦਾ, ਬੈਰਕਾਂ ਖੁੱਲੀਆਂ ਹੋਈਆਂ। ਆਮ ਤੌਰ 'ਤੇ ਹੁੰਦਾ ਵੀ ਜੇ ਸਰਦੀਆਂ ਕਰਕੇ ਧੁੱਪ ਕਰਕੇ ਬੈਰਕਾਂ ਨਹੀਂ ਬੰਦ ਕੀਤੀਆਂ ਤਾਂ ਬਲਾਕ ਜ਼ਰੂਰ ਬੰਦ ਕੀਤਾ ਜਾਂਦਾ, ਪਰ ਬਲਾਕ ਵੀ ਬੰਦ ਨਹੀਂ ਸੀਗਾ। ਇਹ ਉਸੇ ਦਿਨ ਇਹ ਸਾਰਾ ਕੁਝ ਵਾਪਰਿਆ, ਔਰ ਇਹ ਸਾਰਾ ਕੁਝ ਕਿਉਂਕਿ ਬੈਰਕਾਂ ਕਿਉਂ ਨਹੀਂ ਬੰਦ ਕੀਤੀਆਂ, ਬਲਾਕ ਕਿਉਂ ਨਹੀਂ ਬੰਦ ਕੀਤਾ ਜਦੋਂ ਬੰਦੀ ਦਾ ਸਮਾਂ ਸੀ, ਯਕੀਨਨ ਤੌਰ 'ਤੇ ਇਹ ਗੱਲ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਇਹ ਗਾਜ ਡਿੱਗਣੀ ਆ, ਔਰ ਜੇਲ੍ਹ ਪ੍ਰਸ਼ਾਸਨ ਦੇ ਜਿਹੜੇ ਡਿਪਟੀ ਸੁਪਰਡੈਂਟ ਨੇ ਬਰਾੜ ਔਰ ਮਨਜੀਤ ਸਿੰਘ ਟਵਾਣਾ ਸੁਪਰਡੈਂਟ, ਇਹ ਜੇਲ੍ਹ ਵਿਭਾਗ ਦੇ ਸਭ ਤੋਂ ਕਮਾਊ ਪੁੱਤ ਨੇ, ਕਿਉਂਕਿ ਜਿੱਡਾ ਮੋਟੀ ਕਮਾਈ ਜੇਲ੍ਹ 'ਚੋਂ ਕੀਤੀ ਜਾ ਰਹੀ ਆ ਔਰ ਇਹ ਉੱਪਰ ਤੱਕ ਪਹੁੰਚਾਈ ਜਾ ਰਹੀ ਹੈ, ਇਸ ਕਰਕੇ ਇਹਨਾਂ ਦੇ ਖਿਲਾਫ਼ ਕੋਈ ਜਾਂਚ ਹੋਵੇ ਔਰ ਇਹਨਾਂ ਜਿਹੜਾ ਇਹਨਾਂ ਦੀ ਅਣਗਹਿਲੀ ਕਰਕੇ ਸਾਰਾ ਕੁਝ ਵਾਪਰਿਆ ਜਾਂ ਇਹਨਾਂ ਦੀ ਮਿਲੀ ਭੁਗਤ ਕਰਕੇ ਸਾਰਾ ਕੁਝ ਵਾਪਰਿਆ ਨੂੰ ਸਜ਼ਾ ਮਿਲੇ, ਇਹ ਸੰਭਵ ਨਹੀਂ ਗਾ। ਇਹ ਇਸ ਕਰਕੇ ਨਹੀਂ ਸੰਭਵ, ਉਹ ਗੱਲਾਂ ਮੈਂ ਤੁਹਾਡੇ ਸਾਹਮਣੇ ਜਿਹੜੀਆਂ ਉਹ ਰੱਖਣ ਵਾਸਤੇ ਤੁਹਾਨੂੰ ਸਾਰਿਆਂ ਨੂੰ ਇੱਥੇ ਬੇਨਤੀ ਕੀਤੀ ਸੀ ਆਉਣ ਵਾਸਤੇ। ਇਸ ਸੰਬੰਧੀ ਜਦੋਂ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਇਹਨਾਂ ਗੱਲਾਂ 'ਚ ਕੋਈ ਸੱਚਾਈ ਨਹੀਂ। ਉਹਨਾਂ ਕਿਹਾ ਕਿ ਫਰੀਦਕੋਟ ਮਾਡਰਨ ਜੇਲ੍ਹ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕੰਟਰੋਲ 'ਚ ਹੈ, ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਗਹਿਲੀ ਨਹੀਂ ਵਰਤੀ ਜਾਂਦੀ। ਨਹੀਂ ਜੀ, ਐਸਾ ਕੁਛ ਨਹੀਂ ਹੈਗਾ, ਨਸ਼ਾ ਕੋਈ ਕਿਸੇ ਤਰੀਕੇ ਦਾ ਨਹੀਂ ਵਿਕਦਾ ਹੈਗਾ। ਜੇ ਕੋਈ ਨਸ਼ਾ ਲੈ ਕੇ ਆਉਂਦਾ ਤਾਂ ਅਸੀਂ ਉਸਨੂੰ ਉਹਦੀ ਦਬਸ਼ ਕਰਕੇ ਉਸਦੇ ਕਾਨੂੰਨ ਦੇ ਅਨੁਸਾਰ ਰਵਾਈ ਕਰਦੇ ਹੈਗੇ ਹਾਂ ਜੇ ਡਿਊਟੀ 'ਚ ਸਾਡੇ ਕੋਲ ਕੋਈ ਵੀ ਰਿਕਵਰੀ ਹੁੰਦੀ ਹੈ। ਅਦਰਵਾਈਜ਼ ਇਹ ਐਲੀਗੇਸ਼ਨ ਬੇਸਿਸ ਦੇ ਉੱਤੇ ਨਹੀਂ ਹੈਗਾ ਕੁਛ ਵੀ ਇਸ ਤਰ੍ਹਾਂ ਦਾ। ਅਸੀਂ ਬੜੀ ਮਿਹਨਤ ਦੇ ਨਾਲ, ਬੜੀ ਮੁਸ਼ਤੈਦੀ ਦੇ ਨਾਲ ਡਿਊਟੀ ਕਰ ਰਹੇ ਹਾਂ। ਖਾਣਾ ਬਿਲਕੁਲ ਮਿਆਰੀ ਕਿਸਮ ਦਾ ਖਾਣਾ ਹੈਗਾ, ਜਿਸ ਤਰ੍ਹਾਂ ਦਾ ਜੇਲ੍ਹ ਮੈਨੂਅਲ ਪ੍ਰਸਕ੍ਰਾਈਬ ਕਰਦਾ ਹੈਗਾ ਉਸੇ ਤਰੀਕੇ ਦੇ ਨਾਲ ਖਾਣਾ ਦਿੱਤਾ ਜਾਂਦਾ। ਈਵਨ MLA ਸਾਹਿਬ ਕੋਟਕਪੁਰਾ ਮਿਸਟਰ ਕੁਲਤਾਰ ਸਿੰਘ ਸੰਧਵਾਂ ਜੀ ਅਚਨਚੇਤ ਚੈਕਿੰਗ ਕਰਕੇ ਗਏ ਨੇ, ਉਹ ਜੇਲ੍ਹ ਰਿਫੋਰਮ ਕਮੇਟੀ ਦੇ ਮੈਂਬਰ ਨੇ, ਅਤੇ ਉਹਨਾਂ ਨੇ ਅਚਨਚੇਤ ਚੈਕਿੰਗ ਕੀਤੀ ਅਤੇ ਖਾਣੇ ਦੀ, ਅਤੇ ਖਾਣੇ ਨੂੰ ਚੈੱਕ ਕਰਨ ਤੋਂ ਬਾਅਦ ਉਹ ਈਵਨ ਇਨਾਮ ਦੇ ਤੌਰ ਦੇ ਉੱਤੇ ਵੀ ਰਿਵਾਰਡ ਦੇ ਕੇ ਗਏ ਸੀਗੇ ਸਾਡੇ ਕੈਦੀਆਂ ਨੂੰ 500 ਰੁਪਏ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।